ਨਮਸਕਾਰ। ਮੈਂ ਦੇਖ ਰਿਹਾ ਕੁਝ ਦਿਨਾਂ ਤੋਂ ਕਈ ਬੰਦੇ ਬੜੇ ਬੱਚੇ ਪਰੇਸ਼ਾਨ ਅਤੇ ਕਈ ਬਜ਼ੁਰਗ ਪਰੇਸ਼ਾਨ, ਕਈ ਸਾਡੇ ਘਰ ਦਾ ਸਿੰਗਲ ਵਿਅਕਤੀ ਬੜਾ ਪਰੇਸ਼ਾਨ ਹੁੰਦਾ। ਚਿੜਚਿੜਾਪਨ, ਗਾਲਾਂ ਕੱਢਣੀਆਂ, ਕਿਸੇ ਦੀ ਗੱਲ ਨਾ ਮੰਨੀ, ਚੀਜ਼ ਸਿੱਟ ਦੇਣੀ ਖਾਣ ਲੱਗੇ, ਖਾਣੀ ਨਾ, ਠੀਕ ਹੈ ਜੀ। ਉਸ ਬੰਦੇ ਦਾ ਛੋਟੀ ਜਿਹੀ ਰੈਮਡੀ ਦੱਸਣ ਲੱਗਿਆ, ਸਹਿੰਦਾ ਨਮਕ ਲੈ ਲੈਣਾ, ਪਲਾਸਟਿਕ ਦੇ ਟੱਪ ਦੇ ਵਿੱਚ ਨਮਕ ਪਾ ਲਓ, 2-4 ਚਮਚੇ, 10 ਚਮਚੇ ਪਾ ਲਓ, ਚਾਹੇ ਇੱਕ ਟਾਵਲ, ਵਾਈਟ ਕਲਰ ਦਾ ਟਾਵਲ, ਸੂਤੀ। ਅਗਰ ਤੁਸੀਂ ਟਾਵਲ ਜਿੰਨੇ ਬੰਦੇ ਦੇ ਸ਼ੋਲਡਰ ਹੈ ਉਸ ਤੋਂ ਘੱਟੋ ਘੱਟ ਇੱਕ ਗਿੱਠ ਚੌੜਾ ਹੋਵੇ ਟਾਵਲ, ਵੱਧ ਦੋਨਾਂ ਪਾਸਿਓਂ, ਉਸ ਟਾਵਲ ਨੂੰ ਤੁਸੀਂ ਨਮਕ ਦੇ ਵਿੱਚ ਭਿਉਂ ਲਓ। ਜਦੋਂ ਬੱਚਾ ਬੰਦਾ ਸੁੱਤਾ ਹੋਵੇ, ਜਿਹੜਾ ਨਹੀਂ ਕਹਿਣਾ ਮੰਦਾ, ਉਹਦੇ ਉੱਪਰ ਦੀ ਤੁਸੀਂ 21 ਵਾਰੀ ਘੁਮਾਉਣਾ ਹੈ, ਉੱਪਰ ਤੋਂ ਲੈ ਕੇ ਪੈਰਾਂ, ਸਿਰ ਤੋਂ ਲੈ ਕੇ ਪੈਰਾਂ ਤੱਕ ਘੁਮਾਉਣਾ 21 ਵਾਰੀ, ਔਰ ਜਿੱਧਰੋਂ ਸ਼ੁਰੂ ਕਰਨਾ ਉੱਧਰ ਆ ਕੇ 1 ਬਣਨਾ, ਇਹ ਵੀ ਯਾਦ ਰੱਖਿਓ। ਉਸ ਕੱਪੜੇ ਨੂੰ ਨਮਕ ਦੇ ਵਿੱਚ ਟਾਵਲ ਨੂੰ ਨਿਚੋੜ ਕੇ ਉਹਦੇ ਉੱਪਰ ਦੀ ਘੁਮਾਉਣਾ, ਉਹਦੀ ਬਾਡੀ ਤੋਂ 6 ਇੰਚ ਟਾਵਲ ਉੱਚਾ ਹੋਵੇ, ਉਹਦੀ ਬਾਡੀ ਨਾਲ ਟੱਚ ਨਾ ਕਰੇ। ਤੁਸੀਂ ਲਗਾਤਾਰ 3-4 ਦਿਨ ਕਰ ਲਓ, ਬੰਦੇ ਦੇ ਸੁਭਾਅ ਦੇ ਵਿੱਚ ਫਰਕ ਪੈ ਜਾਊਗਾ, ਔਰ ਉਹਦੇ ਰੂਮ ਦੇ ਵਿੱਚ ਨਮਕ ਅਤੇ ਫਟਕੜੀ ਜ਼ਰੂਰ ਰੱਖਣੀ ਹੈ, ਔਰ 15 ਦਿਨ ਬਾਅਦ ਚੇਂਜ ਕਰ ਦੇਣੀ ਹੈ ਕੰਚ ਦੀ ਕਟੋਰੀ ਦੇ ਵਿੱਚ। ਇਹ ਛੋਟਾ ਜਿਹਾ ਮੇਰਾ ਫਾਰਮੂਲਾ ਕਰਕੇ ਦੇਖੋ, ਤੁਹਾਡੇ ਘਰ ਦੇ ਵਿੱਚ ਜਿਹੜੇ ਵਿਅਕਤੀ ਨਹੀਂ ਕਹਿਣਾ ਮੰਨਦੇ ਉਹਨਾਂ ਦਾ ਵਾਤਾਵਰਣ ਚੇਂਜ ਕਿੰਨੀ ਜਲਦੀ ਹੁੰਦਾ। ਜੈ ਸ਼੍ਰੀ ਰਾਮ।